ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਸ ਵੇਲੇ 11 ਵੱਜ ਚੁੱਕੇ ਨੇ ਦੁਪਹਿਰ ਦੇ ਦਿਨ ਦੇ, ਅਤੇ ਹੁਣ ਅੱਜ ਇੱਥੋਂ ਸਫ਼ਰ ਆਰੰਭ ਕਰਨਾ ਜੀ, ਅੰਮ੍ਰਿਤਸਰ ਸਾਹਿਬ ਤੋਂ ਇੰਦੌਰ ਵਾਸਤੇ ਸਫ਼ਰ ਸ਼ੁਰੂ ਕਰਨਾ ਜੀ। ਹੁਣ ਏਅਰਪੋਰਟ 'ਤੇ ਇਸ ਵੇਲੇ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ, ਅਤੇ ਇੱਥੋਂ ਹੁਣ ਦਿੱਲੀ ਨੂੰ ਹੁੰਦਿਆਂ ਹੋਇਆਂ ਫਿਰ ਇੰਦੌਰ ਜਾਵਾਂਗੇ ਜੀ। ਅਤੇ ਜਿਵੇਂ ਜਿਵੇਂ ਅੱਜ ਦਾ ਸਫ਼ਰ ਵਿੱਚ ਗੱਲਬਾਤ ਜੋ ਵੀ ਹੋਈ ਆਪ ਜੀ ਨਾਲ ਸਾਂਝੀ ਕਰਦੇ ਰਹਾਂਗੇ। ਅਤੇ ਇਸ ਵੇਲੇ ਹੁਣ ਏਅਰਪੋਰਟ ਤੋਂ ਇੱਥੋਂ ਇੰਦੌਰ ਵਾਸਤੇ ਤਿਆਰੀ ਕੀਤੀ ਹੈ। ਇਸ ਵੇਲੇ ਇੰਦੌਰ ਏਅਰਪੋਰਟ 'ਤੇ ਉਤਰ ਗਏ।
ਇਸ ਵੇਲੇ ਪਹੁੰਚ ਗਏ ਹਾਂ ਜੀ ਘਰ, ਅਤੇ ਹੁਣ ਇੱਥੇ ਹੀ ਆਰਾਮ ਕਰਨਾ 3-4 ਦਿਨ, ਅਤੇ ਫਿਰ ਨਾਲ ਨਾਲ ਮਿਲਦੇ ਰਹਾਂਗੇ ਆਪਾਂ ਜਿਵੇਂ ਅਗਲਾ ਪ੍ਰੋਗਰਾਮ ਬਣਿਆ। ਇਹ ਬੇਟੀ ਸਾਡੀ ਦਾ ਘਰ ਹੈ ਜੀ, ਭਤੀਜੀ ਸਾਡੀ, ਅਤੇ ਹੁਣ ਇਸ ਵੇਲੇ ਪਹੁੰਚ ਗਏ ਨਕੋਲ, ਅਤੇ ਫਿਰ ਆਪਾਂ ਅਗਲਿਆਂ ਬਲੋਕਾਂ ਵਿੱਚ ਗੱਲ ਕਰਦੇ ਰਹਾਂਗੇ। ਅਤੇ ਤਕਰੀਬਨ 31 ਤਰੀਕ ਤੱਕ, 1 ਫਰਵਰੀ ਤੱਕ ਰੁਕਣਾ ਜੀ, 1 ਸ਼ਾਮ ਨੂੰ ਇੱਥੋਂ ਵਾਪਸੀ ਹੋਏਗੀ। ਇਸੇ ਤਰ੍ਹਾਂ ਆਪਾਂ ਮਿਲਦੇ ਰਹਿਣਾ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।